ਬੀਤੀ ਰਾਤ ਭੇਦ ਭਰੇ ਹਾਲਾਤਾਂ ਦੇ ਵਿਚ ਸਾਬਕਾ ਮੰਤਰੀ ਇੰਦਰਜੀਤ ਸਿੰਘ ਜੀਰਾ ਦੇ ਚਾਚੇ ਸਹੁਰੇ ਗੁਰਬਚਨ ਸਿੰਘ ਪੁੱਤਰ ਹੀਰਾ ਸਿੰਘ ਉਮਰ 78 ਸਾਲ ਵਾਸੀ ਪਿੰਡ ਬਸਤੀ ਬੂਟੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਥਾਣਾ ਸਦਰ ਜ਼ੀਰਾ ਪੁਲਿਸ ਦੇ ਵੱਲੋਂ ਲਾਸ਼ ਨੂੰ ਕਬਜ਼ੇ ਦੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਗੁਰਬਚਨ ਸਿੰਘ ਜੋ ਕਿ ਰਿਸ਼ਤੇ ਦੇ ਵਿਚ ਉਸਦਾ ਤਾਇਆ ਲੱਗਦਾ ਸੀ, ਉਹ ਆਪਣੀ ਹਵੇਲੀ ਦੇ ਵਿਚ ਸੁੱਤਾ ਹੋਇਆ ਸੀ। ਜਦ ਸਵੇਰੇ 9:30 ਵਜੇ ਤੱਕ ਘਰ ਨਾ ਆਇਆ ਤਾਂ ਉਸਦੇ ਲੜਕੇ ਨੇ ਆਪਣੇ ਬਾਪੂ ਨੂੰ ਵੇਖਣ ਦੇ ਲਈ ਉੱਥੇ ਪਹੁੰਚਿਆ ਤਾਂ ਉਸਦੀ ਲਾਸ਼ ਖੂਨ ਦੇ ਨਾਲ ਲੱਥਪੱਥ ਮੰਜੇ ਦੇ ਉੱਤੇ ਪਈ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ, ਜਿਸ ਦੀ ਜਾਣਕਾਰੀ ਪਰਿਵਾਰ ਦੇ ਵੱਲੋਂ ਥਾਣਾ ਸਦਰ ਪੁਲਿਸ ਨੂੰ ਦਿੱਤੀ ਗਈ। ਇਸ ਸਬੰਧੀ ਗੱਲਬਾਤ ਕਰਦਿਆਂ DSP ਜ਼ੀਰਾ ਦੇਵਦੱਤਾ ਨੇ ਦੱਸਿਆ ਕਿ ਜਲਦੀ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ ਤੇ ਕਾਤਲਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਨਾਮ ਰਜਿੰਦਰ ਸਿੰਘ, ਜੰਬਰਾਜ ਬਸਤੀ ਬੂਟੇ ਵਾਲੀ ਪਿੰਡ ਮੇਰਾ। ਹਾਂਜੀ। ਤੇ ਇਹ ਮੇਰਾ ਤਾਇਆ ਜੀ ਨੇ, ਤੇ ਅਸੀਂ ਸਵੇਰੇ ਤਕਰੀਬਨ 9 ਵਜੇ ਬਾਹਰ ਵੇਖ ਉੱਥੇ ਗਏ, ਮੋੜ 'ਤੇ ਖਲੋਤੇ ਸੀਗੇ ਅਤੇ ਇਹਨਾਂ ਦਾ ਤਾਏ ਜੀ ਦਾ ਵੱਡਾ ਲੜਕਾ ਆਇਆ ਛੋਟਾ, ਅਤੇ ਕਹਿੰਦਾ ਵੀ ਉਹ ਗਿਆ ਹਵੇਲੀ 'ਚ ਵੀ ਅੱਜ ਬਾਪੂ ਚਾਹ ਪੀਣ ਨਹੀਂ ਆਇਆ, ਅਤੇ ਉੱਥੋਂ ਵੇਖਿਆ ਤਾਂ ਤਾਏ ਜੀ ਦੀ ਡੇਡ ਪੌੜੀ ਥੱਲੇ ਲੰਮੇ ਪਿਆ, ਉੱਥੇ ਵੇਲੇ ਵਾਪਸ ਭੱਜਿਆ ਆਇਆ। ਮੈਂ ਉੱਥੇ ਖਲੋਤਾ ਮੋੜ 'ਤੇ, ਮੈਨੂੰ ਕਹਿੰਦਾ ਉਹਦੇ ਆਈ ਭੱਜ ਗਈ। ਮੈਂ ਗਿਆ ਉੱਥੇ ਅਤੇ ਮੈਂ ਜਾਂਦੇ ਤਾਇਆ ਜੀ ਦੇ ਥੱਲੇ ਲੰਮੇ ਪਿਆ ਆ, ਅਤੇ ਮੈਨੂੰ ਕਹਿੰਦਾ ਕੀ ਹੋਇਆ। ਮੈਂ ਕਿਹਾ ਇਹਦੀ ਤਾਂ ਡੈਥ ਹੋਈ ਪਈ ਆ, ਇਹਨੂੰ ਤਾਂ ਕੁੱਟ ਕੁੱਟ ਕੇ ਕਤਲ ਕੀਤਾ ਗਿਆ ਹੈਗਾ। ਜਦੋਂ ਮੈਂ ਉਹਦਾ ਮੂੰਹ ਵੇਖਿਆ, ਉਹਦਾ ਮੂੰਹ ਸਾਰਾ ਕੁੱਟ ਕੁੱਟ ਕੇ ਐਨ ਖਿਆ ਪਿਆ ਸੀਗਾ ਜੀ, ਅਤੇ ਉਹਦਾ ਲਹੂ ਹਲਵਾਣ ਹੋਏ ਫਿਰ 2-3 ਇੱਥੇ ਧੱਕ ਦੇ ਨਿਸ਼ਾਨ ਸੀਗੇ, ਜ਼ਿਆਦਾ ਉਹਦਾ ਮੂੰਹ ਕੁੱਟ ਕੁੱਟ ਕੇ ਉਹਨਾਂ ਨੇ ਖਿਆ ਪਿਆ। ਉਦੋਂ ਬਾਅਦ ਅਸੀਂ ਆਪਣੇ ਜਹੇਦਾਰ ਇੰਦਰਜੀਤ ਸਿੰਘ ਜੀਰਾ ਨੂੰ ਫੋਨ ਲਾਇਆ ਕਿ ਉਹਨਾਂ ਨੇ ਇੱਥੋਂ ਮੁਲਾਜ਼ਮ ਪੁਲਿਸ ਕਰੀ ਸਕਦੇ ਉੱਥੇ, ਅਤੇ ਉਦੋਂ ਬਾਅਦ ਵਿੱਚ ਪੁਲਿਸ ਨੇ ਆਪਦੀ ਕਾਰਵਾਈ ਸ਼ੁਰੂ ਕੀਤੀ। ਵਜ੍ਹਾ ਜੀ ਇਹ ਤਾਂ ਵਜ੍ਹਾ ਤਾਂ ਇਹੋ ਹੀ ਲੱਗਦੀ ਹੈ ਵੀ ਲੁਟੇਰਿਆਂ ਦਾ, ਸਾਨੂੰ ਤਾਂ ਇਹ ਲੱਗਦਾ ਵੀ ਉਹਦੇ ਹੱਥ ਦੇ ਵਿੱਚ ਸਾਪਾਂ ਸ਼ੂਪਾਂ ਹੈਗੀਆਂ ਪਵਾ ਕੇ ਰੱਖਦਾ ਸੀਗਾ, ਅਤੇ ਸਾਨੂੰ ਤਾਂ ਲੁਟੇਰਿਆਂ ਦਾ ਪੈਸੇ ਪੂਸੇ ਮਤਲਬ ਵਿਆਜ ਵਿਊਜ ਹੀ ਦਿੰਦਾ ਸੀਗਾ, ਅਤੇ ਜਾਂ ਤਾਂ ਕਿਸੇ ਤੋਂ ਪੈਸੇ ਪੂਸੇ ਲੈਣੇ ਕਰਕੇ ਜਾਂ ਬੰਦੇ ਕਹਿਣੇ ਜਿਹਨੇ ਲਏ ਸੀਗੇ, ਜਾਂ ਤਾਂ ਉਹਨਾਂ ਦੀ ਆ ਅਤੇ ਜਾਂ ਲੁਟੇਰਿਆਂ ਦੀ, ਆਹ ਚੀਜ਼ ਹੈ। ਗੁਰਚਰਨ ਸਿੰਘ ਪਿੰਡ ਬਸਤੀ ਬੂਟੇਵਾਲ ਦਾ ਰਹਿਣ ਵਾਲਾ ਬਜ਼ੁਰਗ ਸੀਗਾ, ਇਹਦੀ ਏਜ਼ 80 ਤੋਂ 85 ਸਾਲ ਦੀ ਲੱਗਦੀ ਹੈ। ਇਹਦੇ ਸਿਰ 'ਚ ਬਲੰਟ ਸੱਟਾਂ ਲੱਗੀਆਂ ਨੇ, ਉਹਦੇ ਮੁਤਾਬਕ ਅਸੀਂ ਸਾਡੀ ਡੈੱਡ ਬਾਡੀ ਮਿਲੀ ਹੈ। ਇਹਦੇ 'ਤੇ ਅਸੀਂ ਕਾਨੂੰਨ ਦੇ ਮੁਤਾਬਕ FIR ਲੌਜ ਕਰ ਰਹੇ ਹਾਂ, ਇਨਵੈਸਟੀਗੇਸ਼ਨ 'ਚ ਜੋ ਗੱਲ ਸਾਹਮਣੇ ਆਏਗੀ ਐਜ਼ ਇਟ ਇਜ਼ ਅਕੋਰਡਿੰਗ ਟੂ ਲਾਅ ਕੀਤਾ ਜਾਵੇਗਾ ਰੂਲ। ਜ਼ੀਰਾ ਤੋਂ ਸਤੀਸ਼ ਵਿਜ ਦੀ ਰਿਪੋਰਟ, ਜਗਤ ਸੇਵਕ, ਵੈਬ TV।